ਹਾਂ ਵੀ ਅੱਜ ਵੀ ਇਹਨੂੰ ਕੁੱਟਣ ਦੀ ਤਿਆਰੀ ਹੈ। ਫਿਰ ਲੈ ਬੜੀ ਛੇਤੀ ਭੱਜ ਕੇ, ਇਹਨਾਂ ਨੇ ਤਾਂ ਗੱਲ ਵੀ ਨਹੀਂ ਸੁਣੀ। ਉਹ ਹੁਣ ਨਹੀਂ, ਉਹ ਰੁਕਦੇ ਜੀ, ਉਹਦਾ ਟਾਪ ਗੇਅਰ ਫੜ ਗਿਆ ਹੁਣ। ਵੈਸੇ ਤੈਨੂੰ ਕਹਿੰਦੇ ਕੀ ਸੀ ਉਹ? ਉਹ ਕਹਿਣਾ ਕੀ ਆ ਉਹਨਾਂ ਨੇ? ਕਹਿੰਦੇ ਬਾਈ ਅੱਜ ਤੋਂ ਤੈਨੂੰ ਕੁਛ ਨਹੀਂ ਕਹਿੰਦੇ, ਬਸ ਆ ਕਹਿੰਦੇ ਸੋਹਣੀ ਕੁੜੀ ਨੂੰ ਕਹਿ ਦੀ ਵੀ ਪਿਸਟਲ ਜਿਹਾ ਅੰਦਰ ਹੀ ਰੱਖਿਆ ਕਰੇ। ਕੁੜੀਏ ਕਾਲਜ ਤੂੰ ਪੜ੍ਹਨ ਜਾਂਦੀ ਆ, ਬਦਮਾਸ਼ੀ ਕਰਨ ਨਹੀਂ, ਮੈਂ ਡੈਡੀ ਨੂੰ ਦੱਸਦਾ। ਜਾ ਜਾ, ਤੂੰ ਐਵੇਂ ਲੇਟ ਨਾ ਹੋ ਜੀ, ਬਾਂਦਰ ਜਾ ਕਰਦਾ ਕੀ ਆ। ਆ ਫੜ 500 ਰੁਪਏ, ਨਾਲੇ ਆ ਡਰਾਮੇ 'ਚ ਨਾ ਬਹੁਤੇ ਕਰਿਆ ਕਰ, ਸਿੱਧਾ ਹੀ ਕਹਿੰਦਾ ਕਰ ਜੇ 500 ਰੁਪਏ ਲੈਣੇ ਹੁੰਦੇ ਨੇ ਗੇ। ਲੈ ਭੈਣੇ, ਐਵੇਂ ਤਾਂ ਤੂੰ ਨੱਕ 'ਤੇ ਮੁੱਖ ਨਹੀਂ ਬੈਠਣ ਦਿੰਦੀ, ਥੋੜ੍ਹਾ ਜਿਹਾ ਮਸਾਲਾ ਤਾਂ ਲਾਉਣਾ ਪੈਂਦਾ। ਚੱਲ ਚੰਗਾ, ਆਪਣਾ ਕੰਮ ਕਰ ਜਾ ਕੇ। ਡੈਡੀ ਅੱਜ ਪਾਰਟੀ ਕਰ। ਠੀਕ ਆ ਡੈਡੀ, ਮੈਂ ਕਾਲਜ ਜਾਂਦੀ ਆ ਤੇ ਰੋਟੀ ਬਣਾਤੀ ਸੀ, ਤੁਸੀਂ ਖਾ ਲਿਓ। ਹਾਂ ਠੀਕ ਆ ਬੇਟੇ, ਮੈਂ ਰੋਟੀ ਖਾ ਲੂੰਗਾ ਤੇ ਨਾਲੇ ਤੁਸੀਂ ਆਪਣਾ ਧਿਆਨ ਰੱਖਿਓ ਤੇ ਨਾਲੇ ਪਿੰਡ ਵਿੱਚ ਚੱਕਰ ਮਾਰਿਓ, ਕੰਮ ਕਾਜ ਦੇਖ ਲਓ ਠੀਕ ਠਾਕ ਚੱਲ ਰਿਹਾ। ਕੋਈ ਨਹੀਂ ਡੈਡੀ, ਚੱਕਰ ਤਾਂ ਮੈਂ ਮਾਰੂੰਗੀ, ਬਸ ਟੈਨਸ਼ਨ ਫ੍ਰੀ ਹੋ ਕੇ ਮੀਟਿੰਗ ਅਟੈਂਡ ਕਰ ਲਿਓ ਬੇਟਾ। ਠੀਕ ਆ, ਉਹ ਮੈਨੂੰ ਵੀ ਦੱਸ ਦਿਓ ਮੈਂ ਕੀ ਕਰਾਂ। ਹਾਂ ਵੀ ਛੋਟੇ, ਉਹ ਤੂੰ ਪੜ੍ਹ ਲੈ, ਨਾਲੇ ਸਰਪੰਚ ਨਹੀਂ ਬਣਾਉਣਾ ਤੈਨੂੰ, ਇਲਾਕੇ ਦਾ ਤੈਨੂੰ MLA ਬਣਾਉਣਾ ਹੈ, ਧਿਆਨ ਰੱਖਿਆ ਕਰ ਮਾੜਾ ਜਿਹਾ, ਠੀਕ ਹੈ? ਨਾਲੇ ਮੁੰਡੇ ਖੁੰਡੇ ਨਾਲ ਜ਼ਿਆਦਾ ਨਾ ਤੁਰਿਆ ਕਰ, ਗਾਂ ਦਾ ਭਵਿੱਖ ਦੇਖਦੇ ਹੁੰਦੇ ਆ, ਦੂਰ ਅੰਦੇਸ਼ੀ ਰੱਖਦੇ ਹੁੰਦੇ ਆ, ਰਾਜਨੀਤੀ ਖੇਡਦੇ ਹੁੰਦੇ ਆ। ਹਾਂ ਓਏ, ਹਾਂ ਹਾਂ ਘਰੋਂ ਤੁਰ ਪਿਆ ਮੈਂ, ਨਾ ਨਾ ਮੋਟਰਸਾਈਕਲ ਤੇ ਨਹੀਂ ਆਉਂਦਾ, ਠੰਡ ਦਾ ਦੇਖ ਲੈ ਯਾਰ, ਬੱਸ ਤੇ ਆਊਂਗਾ। ਕਿਤੇ ਹੁਣ ਤਾਂ ਆਪਣੇ ਚੰਗੀ ਤਰ੍ਹਾਂ ਰਾਂਝਾ ਬਣਾਉਣਾ, ਚੰਗਾ ਬਾਡੇ ਤੇ ਪਹੁੰਚਣਾ ਮੈਂ, ਆ ਗਿਆ ਉੱਥੇ ਹੀ ਖੜ ਜੀ, ਬਸ ਆ ਗਿਆ। ਉਹ ਆਉਂਦਾ ਬਾਈ, ਇਹੀ ਆ ਸਾਲਾ, ਆਇਆ ਬਣਾਈਏ ਇਹਨੂੰ ਰਾਂਝਾ, ਆਉਂਦਾ ਬਣਿਆ ਥਣਿਆ ਇਹਨੂੰ ਕਰਦੇ ਲੱਟਾ ਜਾ। ਹਾਂ ਓਏ, ਤੈਨੂੰ ਕਿੰਨੀ ਵਾਰ ਕਿਹਾ ਸੀ ਅਸੀਂ ਨੇ ਵੀ ਤੂੰ ਕੁੜੀ ਲਵੇ ਖੜਿਆ ਨਾ ਕਰ, ਹੈ ਤੂੰ ਕੀ ਕਿਹਾ ਸੀ, ਫੜ ਇਹਨੂੰ ਇੱਧਰ ਲੈ ਆਉਂ। ਲੱਤਾਂ ਤੋੜ ਰਹੀਆਂ, ਉਧਰ ਆੜ ਦੇ ਲੈ ਗਿਆ ਮੇਰੇ ਸਾਲ ਦੀ ਪੱਠੀ ਕੁੱਤੇ ਦੀ। ਹੈ ਸੜ ਦੋ ਮੇਰੇ, ਕਿਉਂ ਲੱਗੇਗਾ ਲਵੇ ਤੇ ਲੱਗੇ, ਕਿਉਂ ਕੁੱਟੀ ਜਾਂਦੇ ਹੋ ਤੁਸੀਂ ਇਹਨੂੰ? ਓਏ ਕੌਣ ਆ ਬੀਬਾ ਤੂੰ, ਇਸ ਟਾਈਮ ਹੀ ਕੁੱਟਾਂਗੇ। ਨਾਲ ਦੇ ਪਿੰਡ ਦੇ ਸਰਪੰਚ ਗੱਜਣ ਸਿੰਘ ਸਿੱਧੂ ਦੀ ਕੁੜੀ ਆ ਮੈਂ। ਹੋਵੇਂ ਫਿਰ ਬੀਬਾ, ਇਸ ਤੱਕ ਦੇ ਬੱਦਲ ਹੀ ਗੱਜਣ ਦਿੱਤਾ, ਬੰਦਾ ਕਿਉਂ ਗੱਜਣ ਦੇਦਾਂਗੇ। ਵੀਰੇ ਤੂੰ ਹੁਣ ਬਦਮਾਸ਼ੀਆਂ ਹੀ ਕਰਨ ਲੱਗ ਗਿਆ। ਓ ਚੱਲ ਛੱਡ ਪਾਲੀ, ਇਹ ਤਾਂ ਮੇਰੇ ਤਾਏ ਦੀ ਕੁੜੀ ਆ। ਓਏ ਹੋਵੇ ਫਿਰ ਯਾਰ, ਆਪਾਂ ਹੀ ਡਰਦੇ ਦੁੱਧਦੇ, ਆਪਾਂ ਇਹਨੂੰ ਬੰਦਾ ਬਣਾ ਕੇ ਚੱਲਾਂਗੇ, ਜਾ ਲਾ ਮੇਰੇ ਸਣੇ ਨੂੰ ਲੱਤ ਤੋੜ। ਤੂੰ ਪਾਉਂਦਾ ਨੱਤੀਆਂ ਹੀ ਆ ਇਹ ਲਾ। ਓਏ ਹੁਣ ਲਾਏ ਦੇ ਤੂੰ ਹੱਥ। ਓ ਭੱਜ ਸਾਲਿਆ, ਕਿੱਥੋਂ ਤੂੰ? ਓ ਭੱਜ ਓਏ, ਓ ਫਤੰਦਰਾ ਤੂੰ ਦੱਸ ਤਾਂ ਦਿੰਦਾ ਵੀ ਇਹ ਨਾਲ ਰੱਖਦੀ ਹੈ। ਉਹ ਬਾਈ ਘਰੇ ਦਾ ਫੋਟੋ ਜਿਹਾ ਪਾਉਂਦੀ ਰਹਿੰਦੀ ਹੈ, ਮੈਨੂੰ ਕਿਹੜਾ ਪਤਾ ਦੀ ਵੀ 24 ਘੰਟੇ ਨਾਲ ਹੀ ਰੱਖਦੀ ਹੈ। ਚੱਲ ਉਹ ਭੱਜ ਕਿਤੇ, ਤੂੰ ਬੋਲ ਰਵਾ ਕੇ ਰੱਖ ਲੈ। ਠੀਕ ਆ ਤੂੰ ਹੁਣ?
ਹਾਂ ਠੀਕ ਆ। ਵੈਸੇ ਗੱਲ ਕੀ ਹੋ ਗਈ ਸੀ? ਉਹ ਯਾਰ ਕੀ ਦੱਸਾਂ, ਕਾਲਜ 'ਚ ਨਾ ਮੈਨੂੰ ਕੋਈ ਕੁੜੀ ਪਸੰਦ ਕਰਦੀ ਸੀ, ਇਹ ਪਾਲੀ ਵੀ ਉਹਦੇ ਮਗਰ ਫਿਰਦਾ ਸੀ। ਉਹ ਕੁੜੀ ਹੁਣ ਕਹਿੰਦੀ ਮੈਨੂੰ ਤੂੰ ਸੋਹਣਾ ਲੱਗਦਾ, ਉਹੀ ਗੱਲ ਇਹਨੂੰ ਚੁਭੀ ਜਾਂਦੀ ਹੈ, ਕਹਿੰਦਾ ਤੂੰ ਸੋਹਣਾ, ਤੇਰੀ ਸ਼ਕਲ ਵਗੈਰਾ ਐਂ ਕੁੱਟ ਕੁੱਟ ਕੇ। ਉਹ ਹੱਸੇ ਕਿਉਂ ਤੁਸੀਂ, ਮੈਂ ਸੋਹਣਾ ਨਹੀਂ ਹੈਗਾ। ਓਏ ਸੋਹਣਾ ਤਾਂ ਤੂੰ ਬਹੁਤ ਆ, ਪਰ ਪਹਿਲਾਂ ਆਪਣੇ ਆਪ ਨੂੰ ਸੰਭਾਲ। ਉਹ ਖਾਸੀਆਂ ਲਾ ਕੇ ਯਾਰ ਦਰਦ ਹੋ ਜਾਂਦਾ, ਨਾਲੇ ਸੇਕ ਮਰ ਜਾਂਦਾ। ਨਾ ਚੱਕਦਾ ਫਿਰ ਉਹਦੀ ਮਹਿਬੂਬ ਨੂੰ, ਕੰਮ ਤਾਂ ਤੁਸੀਂ ਚਿੱਤਰ ਖਾਣ ਵਾਲੇ ਕਰਦੇ ਹੋ, ਹੋਰ ਉਹਨਾਂ ਨੇ ਤੇਰੀ ਪੂਜਾ ਕਰਨੀ ਸੀਗੀ। ਉਹ ਮੈਂ ਕਦੋਂ ਝੱਕਿਆ, ਅਗਲੀ ਆਪ ਰਿਸਪੋਂਸ ਦਿੰਦੀ ਸੀ, ਹੁਣ ਜਦੋਂ ਆਪ ਹੀ ਉਹ ਦਿਲ ਦੀਆਂ ਤਾਰਾਂ ਜੋੜਨ ਨੂੰ ਫਿਰਦੀ ਸੀ, ਮੈਂ ਕੀ ਕਰਾਂ। ਉਹ ਬਸ ਕਰ ਮਜਨੂਆ, ਇੰਨਾ ਵੀ ਤਾਂ ਸੋਹਣਾ ਨਹੀਂ ਹੈਗਾ, ਬਾਲਾ ਓਵਰ ਸਮਾਨ ਨਾ ਬਣ। ਉਹ ਤੁਸੀਂ ਕਾਲਜ ਜਾਂਦੇ ਹੋ? ਹਾਂ ਕਿਉਂ? ਉਹ ਯਾਰ ਮੈਨੂੰ ਵੀ ਨਾਲ ਹੀ ਲੈ ਜਾਓ, ਕਿੱਥੇ ਤੁਰਿਆ ਫਿਰੂ ਮੈਂ, ਬੱਸ 'ਚ ਧੱਕੇ ਖਾਊਂਗਾ। ਚੱਲ ਠੀਕ ਹੈ, ਚੱਲ ਪਾ। ਚਲੋ ਓਏ ਹਾਂ, ਕਿਵੇਂ ਝਾਕਦਾ, ਦੇਣਾ ਤੇਰਾ ਕੁਛ ਮੈਂ? ਦੇਣਾ ਤੇਰੇ ਪਿਓ ਨੇ, ਸਾਥੋਂ ਦੋ ਵਾਰ ਸਰਪੰਚੀ ਖੋ ਕੇ ਲੈ ਗਿਆ। ਓਏ ਉਹ ਤਾਂ ਲੋਕਾਂ ਨੇ ਬਣਾਇਆ, ਡੈਡੀ ਨੇ ਕੋਈ ਨਹੀਂ ਹੇਰਾ ਫੇਰੀ ਕੀਤੀ। ਉਹ ਕੋਈ ਨਾ, ਹਿਸਾਬ ਤਾਂ ਮੈਂ ਕਰੂੰ ਪੂਰਾ। ਉਹ ਪੀਤੀ ਬਿਨਾਂ ਗੱਲੋਂ ਆਪਣੇ ਨਾਲ ਵੈਰ ਨਹੀਂ ਪਾਈਦਾ, ਬਾਕੀ ਤੇਰੀ ਮਰਜ਼ੀ, ਕਿਵੇਂ ਮਰਜ਼ੀ ਕਰ ਲਈ। ਉਹ ਤੂੰ ਲੰਘ ਜਾ ਤਾਂ ਉਵੇਂ ਰੜਕਦਾ ਮੇਰੀਆਂ ਅੱਖਾਂ 'ਚ, ਕੋਈ ਨਾ ਕੱਢੂੰ ਇੱਕ ਦਿਨ। ਉਹ ਭਰਾਵਾ ਕਿਵੇਂ ਮਰਜ਼ੀ ਕਰ ਲਈ, ਬਾਕੀ ਤੇਰੇ ਵਰਗੇ ਦੇ ਮੂੰਹ ਤਾਂ ਮੈਂ ਲੱਗਣੇ ਨਹੀਂ ਚਾਹੁੰਦਾ। ਕੋਈ ਨਾ, ਮੂੰਹ ਤਾਂ ਅਸੀਂ ਲਾਵਾਂਗੇ। ਗੁਰੀ ਆਪਣੇ ਤੇ ਉਹਨੂੰ ਸ਼ੱਕ ਤਾਂ ਨਹੀਂ ਹੋਇਆ? ਉਹ ਪੀਤੀ ਆਪਾਂ ਸ਼ੱਕ ਹੋਣ ਦਿੰਦੇ ਯਾਰ, ਹੁਣ ਤੱਕ ਤੇਰੇ ਭਾਈ ਨੇ ਹੀ ਖੇਡਾਂ ਖੇਡੀਆਂ ਨੇ। ਉਹ ਜੇ ਪਤਾ ਵੀ ਲੱਗ ਗਿਆ ਪੀਤੀ, ਆਪਾਂ ਪਲੈਨ ਬੀ ਸ਼ੁਰੂ ਕਰ ਦਾਂਗੇ, ਪਰ ਪੀਤੀ ਤੇਰਾ ਕੰਮ ਪੱਕਾ ਕਰਾਂਗੇ। ਓਏ ਜੇ ਇਹ ਕੰਮ ਹੋ ਜੇ, ਮੈਂ ਤੁਹਾਡਾ ਸਾਰੀ ਉਮਰ ਅਹਿਸਾਨ ਨਹੀਂ ਭੁੱਲਦਾ। ਮੇਰਾ ਬਾਪੂ ਸਰਪੰਚੀ ਸਰਪੰਚੀ ਕਰਦਾ ਮਰ ਗਿਆ, ਪਰ ਇਹਦੇ ਪਿਓ ਨੇ ਧੋਖੇ ਨਾਲ ਮੇਰੇ ਪਿਓ ਤੋਂ ਸਰਪੰਚੀ ਲੈ ਲਈ। ਉਹ ਕੋਈ ਗੱਲ ਨਹੀਂ, ਐਤਕੀ ਸਰਪੰਚੀ ਵੀ ਤੇਰੀ ਅਤੇ ਜ਼ਮੀਨ ਵੀ ਤੇਰੀ, ਬਸ ਤੂੰ ਸਾਡਾ ਖਿਆਲ ਰੱਖੀ। ਉਹ ਮੈਂ ਭੱਜਾਂ ਯਾਰ ਉੱਥੋਂ। ਲੈ ਅੱਜ ਫਿਰ ਉਹਨੂੰ ਘੇਰੀ ਬੈਠੇ ਨੇ, ਲੱਗਦਾ ਕੱਲ੍ਹ ਸਮਝਣ 'ਚ ਕੋਈ ਕਮੀ ਰਹਿ ਗਈ, ਤਾਂ ਮੈਂ ਦੱਸਦੀ ਹਾਂ। ਕੀ ਪੀਤੀ ਤੂੰ ਟੈਨਸ਼ਨ ਨਾ ਲੈ, ਕੰਮ ਪੱਕਾ ਕਰਾਂਗੇ ਯਾਰ ਆਪਾਂ। ਕੋਈ ਨਹੀਂ ਬਾਈ। ਹਾਂ ਵੀ ਅੱਜ ਵੀ ਇਹਨੂੰ ਕੁੱਟਣ ਦੀ ਤਿਆਰੀ ਹੈ ਫਿਰ। ਲੈ ਬੜੀ ਛੇਤੀ ਭੱਜ ਕੇ, ਇਹਨਾਂ ਨੇ ਤਾਂ ਗੱਲ ਵੀ ਨਹੀਂ ਸੁਣੀ। ਉਹ ਹੁਣ ਨਹੀਂ, ਉਹ ਰੁਕਦੇ ਜੀ, ਉਹਦਾ ਟਾਪ ਗੇਅਰ ਫੜ ਗਿਆ ਹੁਣ। ਵੈਸੇ ਤੈਨੂੰ ਕਹਿੰਦੇ ਕੀ ਸੀ ਉਹ? ਉਹ ਕਹਿਣਾ ਕੀ ਆ ਉਹਨਾਂ ਨੇ, ਕਹਿੰਦੇ ਬਾਈ ਅੱਜ ਤੋਂ ਤੈਨੂੰ ਕੁਛ ਨਹੀਂ ਕਹਿੰਦੇ, ਬਸ ਆ ਕਹਿੰਦੇ ਸੋਹਣੀ ਕੁੜੀ ਨੂੰ ਕਹਿ ਦੀ ਵੀ ਪਿਸਟਲ ਜਿਹਾ ਅੰਦਰ ਹੀ ਰੱਖਿਆ ਕਰੇ। ਲੈ ਮੈਂ ਸੋਹਣੀ ਖੱਟ ਮਸਕੇ ਲਾ ਲਿਆ ਕਰ, ਨਾਲੇ ਵੈਸੇ ਵੀ ਇਹਨਾਂ ਮਸਕਿਆਂ ਨੇ ਮੇਰੇ 'ਤੇ ਕੋਈ ਅਸਰ ਨਹੀਂ ਕਰਨਾ। ਉਹ ਲੈ ਜੇ ਅਸਰ ਨਹੀਂ ਕਰਨਾ ਫਿਰ ਕੋਈ ਦਵਾਈ ਬੂਟੀ ਦੱਸ ਦਿਉ, ਉਹਦਾ ਇੰਤਜ਼ਾਮ ਕਰ ਲਾਂਗੇ। ਠੀਕ ਜਾ ਠੀਕ ਜਾ, ਹੁਣ ਸਿੱਧਰ ਨਾ ਕਾਲੀ ਮੇਰੇ ਤੋਂ, ਤੂੰ ਕੰਮ ਕਰ ਆਪਣਾ। ਉਹ ਲੈ ਹੁਣ ਜੇ ਰੱਬ ਨੇ ਤੁਸੀਂ ਸੋਹਣੇ ਬਣਾਈ ਦਿੱਤੇ ਤਾਂ ਹੰਕਾਰ ਨਹੀਂ ਕਰਨਾ ਚਾਹੀਦਾ, ਹੰਕਾਰ ਨਾਲ ਬੰਦਾ ਟੁੱਟ ਜਾਂਦਾ। ਬਸ ਕਰ ਮੈਂਟਲ, ਜੇ ਤੇਰੀ ਜਾਨ ਬਚਾਤੀ ਉਹੀ ਬਹੁਤ ਆ। ਉਹ ਜਾਨ ਕਿੱਥੇ ਬਚਾਤੀ, ਜਵਾਕ ਦੀ ਜਾਨ ਸਗੋਂ ਝਾੜੀ 'ਚ ਫਸਾਤੀ ਤੁਸੀਂ ਨੇ, ਤੂੰ ਧਮਕੀਆਂ ਦੇ ਰਹੇ ਹੋ, ਹੁਣ ਨੂੰ ਤਾਂ ਮੈਂ ਇੱਕ ਪਾਸਾ ਕਰ ਦਿੰਦਾ। ਪਰ ਕੀ, ਮੇਰਾ ਕੋਈ ਵਿਚਾਰ ਨਹੀਂ ਉਸ ਗੱਲ ਬਾਰੇ ਜਿਹੜੀ ਤੂੰ ਕਰਨਾ ਚਾਹੁੰਦਾ। ਉਹ ਇੱਕ ਗੱਲ ਤਾਂ ਕਰਦਾ, ਪਰ ਆਹ ਜਿਹੜਾ ਤੁਸੀਂ ਬੈਗ 'ਚ ਪਿਸਟਲ ਰੱਖਦੇ ਹੋ ਉਹ ਤੋਂ ਡਰ ਲੱਗਦਾ। ਕੀ ਬਣਿਆ ਓਏ, ਆਊ ਹੱਥ ਚੱਕਣਾ? ਉਹ ਬਾਈ ਮਛਲੀ ਜਾਲ 'ਚ ਤਾਂ ਫਸ ਗਈ, ਬਸ ਥੋੜ੍ਹੀ ਜਿਹੀ ਹਿੰਮਤ ਹੋਰ ਕਰਨੀ ਪਊਗੀ। ਉਹ ਬਾਪੂ
ਆਪਣੇ ਵਾਲਾ ਪੀਤੀ ਜਾ ਮੈਨੂੰ ਰੋਜ਼ ਘੇਰਦਾ, ਬਹੁਤ ਕੁਛ ਬੋਲਦਾ ਮੈਨੂੰ। ਤੈਨੂੰ ਕੀ ਕਹਿੰਦਾ? ਮੈਨੂੰ ਤਾਂ ਦੇਖ ਕੇ ਰਾਹ ਬਦਲ ਲੈਂਦਾ। ਉਹ ਮੈਨੂੰ ਕਹਿੰਦਾ ਤੁਹਾਡੇ ਨਾਲ ਕੋਈ ਹਿਸਾਬ ਰਹਿੰਦਾ, ਕਹਿੰਦਾ ਤੁਸੀਂ ਸਰਪੰਚੀ ਜਿੱਤ ਕੇ ਚੰਗਾ ਨਹੀਂ ਕਰਿਆ ਅਤੇ ਚਾਚੇ ਦੀ ਮੌਤ ਦਾ ਜ਼ਿੰਮੇਵਾਰ ਵੀ ਤੁਹਾਨੂੰ ਦੱਸਦਾ। ਉਹ ਕੀਤੀ ਤਾਂ ਉਹਨੇ ਖੁਦਕੁਸ਼ੀ ਆ, ਪਿਛਲੀ ਵਾਰ ਵਾਂਗੂ ਐਤਕੀ ਪੈਸੇ ਭਾਲਦਾ ਹੋਣਾ, ਨਾਲੇ ਉਹਨੂੰ ਬੁਖਾਰ ਜ਼ਿਆਦਾ ਚੜ੍ਹਦੀ ਰਹਿੰਦਾ। ਸਮਝਾ ਲਈ ਉਹਨੂੰ, ਜੇ ਹੁਣ ਘੇਰਿਆ ਨਾ ਸਿਰ ਪਾਣੂ ਸਿੱਧਾ। ਗਰਮ ਖੂਨ ਹੈ, ਉਬਾਲੇ ਮਾਰਦਾ, ਸਮਾਂ ਆਉਣ 'ਤੇ ਕੋਈ ਨਾ ਮੈਂ ਆਪ ਹੀ ਠਾਰ ਦੂੰ। ਸਮਝਾ ਦੀ, ਫਿਰ ਕਹੇਗਾ ਦੱਸਿਆ ਨਹੀਂ। ਸੋਚੀ ਸੀ ਆਪਾਂ ਨਾ ਇਹਨੂੰ ਕੈਨੇਡਾ ਤੋੜ ਦਈਏ। ਲੈ ਜ਼ਰੂਰੀ ਪ੍ਰਦੇਸ਼ਾਂ ਵਿੱਚ ਭੇਜਣਾ ਬੱਚੇ ਨੂੰ, ਨਾਲੇ ਆਪਣੇ ਕੋਲ ਪਰਮਾਤਮਾ ਨੇ ਇੰਨਾ ਕੁਛ ਦਿੱਤਾ ਹੈ, ਘਾਟ ਆ ਕਿਸੇ ਚੀਜ਼ ਦੀ। ਡੈਡੀ ਮੈਨੂੰ ਨਾ ਸਤਿਗੁਰ ਦੇ ਸਕੂਲ ਤੋਂ ਫੋਨ ਆਇਆ ਸੀਗਾ, ਇਹਨਾਂ ਮੁੱਲੇ ਦੀ ਲੜਾਈ ਭਾਲਦਾ, ਸਾਰਾ ਦਿਨ ਮੁੰਡਿਆਂ ਦਾ ਪੰਗੇ ਲੈਂਦਾ ਰਹੂਗਾ। ਕੋਈ ਗੱਲ ਨਹੀਂ, ਜੇ ਜਵਾਨੀ 'ਚ ਲੜਾਈ ਮੁੱਲੇ ਲਊਗਾ ਹੋਰ ਕਦੋਂ ਲਊਗਾ। ਨਾਲੇ ਉਹਨਾਂ ਨੂੰ ਕਹਿ ਦੀ ਮੇਰਾ ਡੈਡੀ ਆਪੇ ਗੱਲ ਕਰਦੂ। ਆਈ ਗਿਆ ਸਕੂਲ ਤੋਂ ਸੁਣਿਆ ਹੈ? ਛੋਟੇ ਤੋਂ ਸੁਧਰ ਜਾ, ਆਹ ਕੰਮਾਂ 'ਚ ਕੁਛ ਨਹੀਂ ਰੱਖਿਆ ਹੈਗਾ। ਓਏ ਆਪਾਂ ਤੋਂ ਨਹੀਂ ਆ ਕੌਲੀ ਚੱਟਾਂ ਦੀ ਤੜਫੜ ਚੱਲੀ ਜਾਂਦੀ। ਫਿਰ ਕੁੜੀਏ ਤੇਰਾ ਫੋਨ ਵੱਜੀ ਜਾਂਦਾ, ਜਾ ਦੇਖ ਜਾ ਕੇ। ਫੋਨ ਨਹੀਂ ਚੱਕ ਰਹੀ। ਹੈਲੋ। ਉਹ ਹਾਂਜੀ, ਕਿਵੇਂ ਹੋ ਪਿਸਤੌਲ ਵਾਲੇ? ਉਹ ਕੌਣ ਬੋਲ ਰਿਹਾ? ਉਹ ਲੈ, ਮੈਂ ਉਹੀ ਜਿਹਦੀ ਜਾਨ ਬਚਾਈ ਤੁਸੀਂ। ਉਹ ਮੈਨੂੰ ਯਾਦ ਜਾ ਰਹੀ ਸੀ, ਮੈਂ ਚੱਲ ਫੋਨ ਲਾ ਲੈਂਦੇ ਹਾਂ। ਮੁੜ ਕੇ ਫੋਨ ਨਾ ਕਰੀ, ਹੁਣ ਡੈਡੀ ਤੇ ਵੀਰੇ ਕੋਲ ਹੁੰਦਾ। ਫੋਨ ਹੀ ਕੱਟਦਾ, ਇਹ ਵੀ ਹਵਾ ਲੈ ਗਈ ਮੈਨੂੰ ਲੱਗਦਾ। ਉਹ ਕਿਵੇਂ ਹੋ ਜਨਾਬ? ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ, ਕਦੇ ਸਾਡੇ ਨਾਲ ਵੀ ਪਿਆਰ ਨਾਲ ਗੱਲ ਕਰ ਲਿਆ ਕਰੋ। ਮੈਨੂੰ ਨਹੀਂ ਆਉਂਦੀ ਹੈਗੀ ਪਿਆਰ ਨਾਲ ਗੱਲ ਕਰਨੀ, ਤੂੰ ਆਪਣੇ ਪਿਆਰ ਵਾਲੀ ਹੋਰ ਲੱਭ ਲਾ। ਉਹ ਲੈ ਯਾਰ, ਮੈਂ ਤੈਨੂੰ ਪਿਆਰ ਕਰਦਾ, ਤੁਸੀਂ ਸਮਝਦੇ ਨਹੀਂ ਹੈਗੇ। ਫਿਰ ਕਰੀ ਜਾ, ਮੈਂ ਕਿਹੜਾ ਰੋਕਿਆ ਤੈਨੂੰ? ਉਹ ਫਿਰ ਤੁਸੀਂ ਵੀ ਕਰੋ ਮੈਨੂੰ ਪਿਆਰ। ਮੈਂ ਕਿਉਂ ਕਰਾਂ ਤੈਨੂੰ ਪਿਆਰ? ਉਹ ਵੱਡੇ ਆਸ਼ਕਾ ਆਪਣੀ ਚਾਲ ਬਾਜ਼ੀ ਨਾ ਕਿਸੇ ਹੋਰ ਨਾਲ ਖੇਡੀ, ਮੇਰੇ 'ਤੇ ਨਹੀਂ ਇਹਨਾਂ ਦਾ ਕੋਈ ਅਸਰ ਚੱਲਣਾ। ਉਹ ਲੈ ਯਾਰ, ਤੁਹਾਨੂੰ ਮੇਰੀ ਭੋਲੀ ਸ਼ਕਲ 'ਤੇ ਤਰਸ ਨਹੀਂ ਆਉਂਦਾ ਹੈਗਾ? ਕਿੰਨੇ ਪੱਥਰ ਦਿਲੋਂ ਤੁਸੀਂ। ਮੇਰੇ ਨਾ ਕੋਈ ਨੀਡਰ ਜਿਹਾ ਮੁੰਡਾ ਚਾਹੀਦਾ, ਤੂੰ ਤਾਂ ਦੇਖ ਉਹ 'ਤੇ ਉਹਨਾਂ ਨੇ ਢਾਹ ਰੱਖਿਆ ਸੀਗਾ। ਉਹ ਯਾਰ ਉਹ ਤਾਂ ਦੋ ਸੀਗੇ ਤਾਂ ਢਾਹ ਲਿਆ, ਹੁਣ ਜੇ ਹੁੰਦੇ ਇਕੱਲੇ ਇਕੱਲੇ ਨਾ ਫੋਟੋ 'ਚ ਹਾਰ ਟੰਗਿਆ ਪਿਆ ਹੁੰਦਾ ਇਕੱਲੇ ਇਕੱਲੇ ਜਾਣੇ ਦੀ। ਇੰਨੀ ਦਲੇਰੀ ਹੈ ਵੀ ਗਈ ਹੈ ਕਿ ਕੁੜੀ ਦੇਖ ਕੇ ਆ ਗਈ? ਉਹ ਲੈ, ਤੁਸੀਂ ਹੁਕਮ ਦਾ ਕਰੋ, ਹੁਣੀ ਕੁੱਟਦਾ ਉਹਨਾਂ ਨੂੰ। ਉਹ ਬਸ ਵੱਡਾ ਦਾਰਾ ਪਹਿਲਵਾਨ ਨਾ ਬਣ, ਮੈਂ ਤਾਂ ਚੱਲੀ। ਉਹ ਹਾਂ ਨਾ ਤਾਂ ਦੱਸ ਜੋ। ਕੋਈ ਨਹੀਂ, ਦੱਸ ਦਾਂਗੇ ਮੁੰਡੇ ਨੂੰ, ਪਹਿਲਾਂ ਦੇਖ ਤਾਂ ਲਈਏ ਕਿ ਉਹ ਕਿੰਨੇ ਕੁ ਪਾਣੀ 'ਚ। ਓ ਯਾਰ ਹੁਣ ਤਾਂ ਚਾਹੇ ਪਰਖੋ ਚਾਹੇ ਵਰਤੋ, ਤੁਹਾਡੀ ਗੁਲਾਮ ਆ। ਲੋਕ ਅਕਸਰ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਹੀ ਕਰਦੇ ਨੇ, ਬਾਅਦ 'ਚ ਛੱਡ ਜਾਂਦੇ ਨੇ। ਉਹ ਇੱਦਾਂ ਦੀ ਗੱਲ ਨਹੀਂ ਹੈਗੀ, ਉਹ ਹੋਰ ਹੀ ਹੋਣਗੇ, ਜੱਟ ਦੇ ਬਰਾਬਰ ਦਾ ਖੜ ਕੇ ਦੇਖੋ ਫਿਰ ਪਤਾ ਲੱਗੂ। ਕੋਈ ਨਹੀਂ, ਦੇਖਦੇ ਹਾਂ ਫਿਰ। ਉਹ ਮੈਂ ਕਿਹਾ ਜੀ ਸਾਡੇ ਨਾਲ ਵੀ ਕਰ ਲਓ ਚਾਰ ਗੱਲਾਂ ਬਾਤਾਂ, ਅਸੀਂ ਕਿਹੜਾ ਕਰੰਟ ਮਾਰਦੇ ਹਾਂ। ਗੱਲਾਂ ਚਾਹੇ ਚਾਰ ਦੀਆਂ ਛੇ ਕਰ ਲੈ, ਹਾਂ ਦੱਸ ਗੱਲ ਕੀ ਕਰਨੀ ਆ? ਉਹ ਬਸ ਆਹੀ ਉਰਲੀਆਂ ਪਰਲੀਆਂ, ਨਾਲੇ ਤੁਹਾਡਾ ਗੁਰੀ ਨਾਲ ਕੀ ਚੱਕਰ ਹੈ? ਪਿਆਰ ਕਰਦੇ ਹਾਂ ਅਸੀਂ ਇੱਕ ਦੂਜੇ ਨੂੰ, ਤੈਨੂੰ ਦੱਸ ਕੋਈ ਪ੍ਰੋਬਲਮ ਹੈ? ਉਹ ਪਿਆਰ ਤਾਂ ਮੈਂ ਵੀ ਕਰਦਾ ਸੀ ਜੀ, ਹੁਣ ਫਿਰ ਇਹਦਾ ਹੱਲ ਕੀ ਕਰੀਏ? ਜਾ ਕੇ ਉਹਨੂੰ ਪਹਿਲਾਂ ਵਾਂਗੂ ਹੀ ਕੁੱਟ ਦੇ, ਝੱਟੀ ਤੇਰੀ ਹੋ ਜੂ। ਨਾ ਜੀ ਨਾ, ਹੁਣ ਤਾਂ ਕੁੱਟਣ ਕਟਾਉਣ ਵਾਲਾ ਕੰਮ ਛੱਡਤਾ, ਹੁਣ ਤਾਂ ਬਸ ਸਰੀਫ ਬਣ ਗਏ।
ਫਿਰ ਪੁੱਤ ਜਾ ਕੇ ਪਹਿਲਾਂ ਪੜ੍ਹਾਈ ਵੱਲ ਧਿਆਨ ਦੇ। ਆਸ਼ਕੀਆਂ ਜਿਹਾ ਨਾ ਤੇਰੇ ਵਾਸਤੇ ਰੋਕ ਨਹੀਂ ਹੈਗਾ, ਤੇ ਅੱਗੇ ਤੋਂ ਰਾਹ ਰੋਕਣ ਤੋਂ ਪਹਿਲਾਂ ਨਾ ਸੋਚ ਲੈ ਇੱਕ ਵਾਰ। ਹਾਲ ਚਾਲ ਵੀ ਨਾ ਪੁੱਛਿਆ ਕਰੀ ਜੀ। ਹਾਲ ਚਾਲ ਤਾਂ ਤੂੰ, ਚਲੋ ਚੰਗਾ ਜੀ ਮੈਂ ਚੱਲਦਾ। ਉਹ ਪੀਤੀ ਹੈ ਕੋ ਘਰੇ ਬਹਿ ਜਾ ਤਾਇਆ। ਹਾਂ ਬਹਿ ਤੂੰ ਵੀ। ਹੋਰ ਤਾਇਆ ਫਿਰ ਕਿਵੇਂ ਆਉਣਾ ਹੋਇਆ ਅੱਜ ਸਾਡੇ ਘਰੇ? ਮੈਂ ਤੇਰੀ ਕੋਲ ਆਇਆ ਸੀਗਾ, ਤੂੰ ਇਹ ਜਵਾਕ ਨਾਲ ਬਾਹਲੀ ਉੱਤੇ ਥੱਲੇ ਹੋ ਰਿਹਾ ਸੀ, ਤੂੰ ਆਪਣੇ ਵੱਲ ਤਾਂ ਦੇਖ ਲੈਂਦਾ। ਉਹ ਤਾਇਆ ਕਿਉਂ ਜ਼ਖਮਾਂ 'ਤੇ ਲੂਣ ਛਿੜਕਦਾ ਹੈ? ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ, 2 ਵਾਰ ਸਰਪੰਚ ਹੀ ਜਿੱਤ ਗਿਆ, ਮੇਰੇ ਪਿਓ ਦਾ ਸੁਪਨਾ ਵਿੱਚ ਹੀ ਮੁੱਕ ਗਿਆ। ਵੋਟਾਂ ਕਾਕੇ ਲੋਕਾਂ ਨੇ ਪਾਈਆਂ ਨੇ, ਇਹਦੇ ਵਿੱਚ ਮੇਰਾ ਕੀ ਕਸੂਰ? ਤੇਰੇ ਪਿਓ ਦੀ ਕਿਸੇ ਨਾਲ ਹੈ ਨਹੀਂ, ਉਹ ਹਾਰ ਗਿਆ। ਉਹ ਤਾਇਆ ਖੇਡਿਆਂ ਤੂੰ ਸਾਡੇ ਨਾਲ ਚੱਲ ਹੀ ਨੇ। ਉਹ ਬੇ ਕਾਕਾ, ਪਿੰਡ ਦੇ ਲੋਕਾਂ ਨਾਲ ਮੇਰਾ ਸਹਿਚਾਰ ਹੈ, ਅਤੇ ਤੁਹਾਡਾ ਪਿੰਡ ਦੇ ਬੱਚੇ ਨਾਲ ਵੈਰ ਹੈ, ਫਿਰ ਤੁਸੀਂ ਮੇਰੇ ਨਾਲ ਕਿਵੇਂ ਰਲ ਗਏ? ਤਾਇਆ ਮੇਰਾ ਪਿਓ ਗਿਆ, ਸਾਡੇ ਘਰ ਦੀ ਛੱਤ ਗਈ, ਤੈਨੂੰ ਹਿਸਾਬ ਤਾਂ ਕਰਨਾ ਹੀ ਪਊ। ਉਹ ਬੇ ਕਾਕਾ, ਮੈਂ ਤਾਂ ਤੈਨੂੰ ਸਮਝਾਉਣ ਆਇਆ ਸੀਗਾ, ਬਾਕੀ ਤੇਰੀ ਮਰਜ਼ੀ ਆ, ਜਿਵੇਂ ਮਰਜ਼ੀ ਕਰ ਲਈ। ਕਰਾਂਗੇ ਤਾਂ ਮਰਜ਼ੀ ਤਾਇਆ, ਤੂੰ ਦੇਖਦਾ ਚੱਲ ਬਣਦਾ ਕੀ ਆ। ਠੀਕ ਆ ਓਕੇ ਓਕੇ, ਚੰਗਾ। ਹੋਰ ਪਾਲੀ? ਉਹ ਹਾਂ ਪੀਤੀ, ਤੂੰ ਕਿਵੇਂ ਆ ਗਿਆ ਇੱਕ ਲਗਤ? ਉਹ ਬਾਈ ਪਾਣੀ ਸਿਰੋਂ ਟੱਪ ਗਿਆ। ਕਿਉਂ, ਕੀ ਗੱਲ ਹੋ ਗਈ? ਉਹ ਮੇਰੇ ਵਾਲੇ ਤਾਏ ਜੇ ਜਵਾਕ ਨੂੰ ਗੱਡੀ ਚੜ੍ਹਨਾ ਪਊ। ਕੋਈ ਨਾ ਫਿਰ ਕਰਦਿਆ ਨਾ ਕੰਮ, ਚੱਲ ਅੱਜ ਫਿਰ। ਕਰਾਂਗੇ ਕਿਵੇਂ, ਉਹਨੂੰ ਕਿਸੇ ਬਹਾਨੇ ਬਾਹਰ ਬੁਲਾ ਤੂੰ। ਉਹ ਪੀਤੀ ਸਿਆਂ, ਕੰਮ ਹੁਣੀ ਕਰ ਦੇਣਾ, ਇਹ ਤੂੰ ਸਭ ਮੇਰੇ 'ਤੇ ਛੱਡ ਦੇ। ਅਤੇ ਸੱਚ ਉਹ ਗੁਰੀ ਕਿੱਥੇ ਹੈ? ਉਹ ਫੋਨ ਵੀ ਨਹੀਂ ਚੱਕਦਾ। ਉਹ ਗੁਰੀ ਦਾ ਤੈਨੂੰ ਪਤਾ ਦੇ ਗਿਆ, ਉਹ ਬੈਠਣ ਆਪਦੀ ਕਬੂਤਰੀ ਲਵੇ। ਕੋਈ ਨਾ, ਆਪਾਂ ਨੂੰ ਬੁਲਾਉਣਿਆ, ਮਿਲ ਕੇ ਆਪਾਂ ਨਾ ਪਲੈਨਿੰਗ ਕਰਕੇ ਚੜ੍ਹ ਦੇ ਉਹਨੂੰ ਤਾਂ ਗੱਡੀ। ਚੱਲ ਆਪਾਂ ਚੱਲੀਏ ਫਿਰ, ਉਹਨੂੰ ਬੁਲਾਈਏ। ਚੱਲ ਤੁਹਾਡੇ ਲਈ ਤਾਂ ਟਾਈਮ ਹੀ ਟਾਈਮ ਹੈ ਜੀ, ਦੱਸੋ ਹੁਕਮ ਕਰੋ। ਬਸ ਕੰਮ ਆਈ ਸੀ ਤੇਰੇ ਤੱਕ। ਹਾਂਜੀ ਦੱਸੋ, ਕੰਮ ਵੀ ਕਰਾਂਗੇ। ਓ ਅੱਛਾ, ਹੋ ਹੀ ਗਈ ਫਿਰ ਲਵ ਯੂ ਹੈ। ਹਾਂਜੀ ਸਰ, ਹੁਣ ਮੈਂ ਜਾਣੀ ਹਾਂ, ਸ਼ਾਮ ਨੂੰ ਆਪਾਂ ਫੋਨ 'ਤੇ ਗੱਲ ਕਰਦੇ ਹਾਂ। ਠੀਕ ਹੈ, ਓਕੇ। ਮੰਨਤ ਇੱਕ ਮਿੰਟ ਗੱਲ ਸੁਣੀ। ਆ ਪਰਸੀਆਂ ਗੁਰੀ ਫੜੇ, ਮੈਂ ਤੈਨੂੰ ਇੱਕ ਜ਼ਰੂਰੀ ਗੱਲ ਕਰਨੀ ਆ। ਠੀਕ ਹੈ। ਮੈਂ ਤੈਨੂੰ ਗੱਲ ਦੱਸਣੀ ਹੈ। ਕਿਹਦਾ ਫੋਨ ਆ ਗਿਆ? ਮੰਨਤ ਦਾ। ਹੈਲੋ। ਹਾਂ ਮੰਨਤ। ਹਾਂ ਬਾਈ, ਉਹ ਮੰਨਤ ਦਾ ਨਾ ਖੇਤ ਵਾਲੇ ਪਾਸੇ 'ਤੇ ਐਕਸੀਡੈਂਟ ਹੋ ਗਿਆ। ਅੱਛਾ ਬਾਈ। ਹਾਂ ਤੁਸੀਂ ਜਲਦੀ ਆ ਜਾਓ। ਚੱਲ ਆ ਗਿਆ ਬਾਈ, ਮੈਂ ਇੱਕ ਮਿੰਟ 'ਚ ਹੀ ਆ ਗਿਆ। ਨੰਬਰ ਡਿਲੀਟ ਕਰਨਾ। ਬਾਕੀ ਮੰਨਤ ਮੈਂ ਤੈਨੂੰ ਸਾਰੀ ਗੱਲ ਮੈਂ ਫੋਨ 'ਤੇ ਸਮਝਾ ਦੂੰਗਾ। ਠੀਕ ਹੈ, ਜੋ ਮੈਂ ਕਹੀ ਦੱਸ ਦੂੰਗਾ। ਓਕੇ ਠੀਕ ਹੈ, ਓਕੇ ਬਾਏ।
ਬਾਈ ਫੋਨ ਤੁਸੀਂ ਕਰਿਆ ਸੀ? ਹਾਂ ਬਾਈ ਅਸੀਂ ਕਰਿਆ ਸੀ ਫੋਨ ਤਾਂ। ਭੈਣ ਕਿੱਥੇ ਮੇਰੀ ਬਾਈ? ਉਹ ਭੈਣ ਵੀ ਆ ਜੂ, ਕਿਉਂ ਟੈਨਸ਼ਨ ਲੈਣਾ, ਭੈਣ ਨੂੰ ਵੀ ਲਿਆਉਂਦੇ ਆ। ਓਏ ਆ ਜਾ ਬਾਈ। ਹਾਂ ਓਏ ਉਦੇ ਕਹਿੰਦੇ ਤੀ ਤੇਰੇ ਮੂੰਹ ਨਹੀਂ ਲੱਗਣਾ, ਅੱਜ ਕਰਾਂਗੇ ਤੇਰਾ ਹਿਸਾਬ ਕਿਤਾਬ ਅਸੀਂ। ਅੱਛਾ ਆਹ ਗੱਲ ਸੀ। ਖੁਦਕੁਸ਼ੀ ਕਰਨ ਦੀ ਮੈਂ ਤਾਂ ਸਾਰੇ ਪਤਾ ਕਰ ਲਿਆ, ਨਾ ਤਾਂ ਉਹਨੂੰ ਕਿਸੇ ਨੇ ਦੇਖਿਆ ਤੇ ਨਾ ਹੀ ਉਹ ਕਿਸੇ ਨੂੰ ਮਿਲਿਆ। ਇਹੀ ਤਾਂ ਗੱਲ ਹੈ ਵੀਰੇ ਕਿ ਹੋਇਆ ਪਤਾ ਨਹੀਂ ਕੀ ਹੋਣਾ। ਕੋਈ ਗੱਲ ਤਾਂ ਹੈ ਜੋ ਆਪਾਂ ਨੂੰ ਪਤਾ ਨਹੀਂ ਲੱਗ ਰਿਹਾ। ਤੁਹਾਡਾ ਮਤਲਬ ਤਾਂ ਹੈ ਵੀ ਕਿਸੇ ਨੇ ਸਤਿਗੁਰ ਨੂੰ ਮਾਰੇ? ਹਾਂ ਸਤਿਗੁਰ ਨੂੰ ਕਿਸੇ ਨੇ ਮਾਰਿਆ, ਇਹੀ ਤਾਂ ਆਪਾਂ ਨੇ ਪਤਾ ਕਰਨਾ ਹੈ। ਡੈਡੀ ਤੁਸੀਂ ਐਵੇਂ ਨਾ ਕਿਸੇ ਨਾਲ ਵੈਰ ਪਾ ਲਿਓ, ਹੁਣ ਵੀਰੇ ਨੇ ਤਾਂ ਮੁੜ ਕੇ ਆਉਣਾ ਨਹੀਂ ਹੈਗਾ। ਨਹੀਂ ਮੰਨਤਾ, ਪਤਾ ਤਾਂ ਲੱਗੇ ਵੀ ਗੱਜਣ ਤਾਂ ਇਹਦੇ ਘਰ ਮੂਹਰੇ ਆ ਕੇ ਲਲਕਾਰਾ ਮਾਰਨ ਦੀ ਕਿਸਦੀ ਹਿੰਮਤ ਹੋਈ? ਹਾਂ ਪੀਤੀ, ਪਿੰਡ ਵਿੱਚ ਤਾਂ ਆਪਣੀ ਸਾਰਿਆਂ ਨਾਲ ਬਣਦੀ ਆ, ਕੋਈ ਬੰਦਾ ਹੈ ਜਾਂ ਨਹੀਂ ਜਿਹਦੇ ਨਾਲ ਆਪਣੀ ਅਣਬਣ ਹੋਵੇ। ਤੂੰ ਯਾਦ ਕਰਤਾ ਆ, ਗੇਮ ਤਾਂ ਆਪਣੇ 'ਤੇ ਪਾਈ ਲੱਗਦੀ ਹੈ। ਚੱਲ ਮੈਂ ਚੱਲਦਾ, ਜੇ ਕੋਈ ਲੋੜ ਹੋਈ ਤਾਂ ਦੱਸ ਦੀ। ਡੈਡੀ ਤੈਨੂੰ ਇਹ ਨਹੀਂ ਲੱਗਦਾ ਹੈਗਾ ਆ ਪੀਤੀ ਹੁਣ ਆਪਣਾ ਕੁਝ ਜ਼ਿਆਦਾ ਹੀ ਸਗਾ ਬਣੀ ਜਾਂਦਾ? ਕਦੇ ਸਤਿਗੁਰ ਦੇ ਹੁੰਦੇ ਆ ਤਾਂ ਆਪਣਾ ਹਾਲ ਵੀ ਨਹੀਂ ਪੁੱਛਿਆ ਹੈਗਾ। ਨਹੀਂ ਪੁੱਤ, ਔਖੇ ਵੇਲੇ ਤਾਂ ਆਪਣੀ ਖੜਦੇ ਹੁੰਦੇ ਆ, ਭਾਵੇਂ ਲੱਕ ਝਗੜੇ ਹੋਣ। ਪੀਤੀ ਸਤਿਗੁਰ ਤਾਂ ਮਾਰਤਾ, ਹੁਣ ਆਪਣਾ ਕੀ ਫਾਇਦਾ? ਗੁਰੀ ਸਰਪੰਚ ਦਾ ਵਾਰਸ ਤਾਂ ਗਿਆ, ਹੁਣ ਹੌਲੀ ਹੌਲੀ ਮੈਂ ਨੇੜੇ ਲੱਗੂ, ਸਾਰੀ ਜ਼ਮੀਨ ਮੇਰੀ ਹੋਜੂ। ਉਹ ਪਰ ਮੰਨਤ ਤਾਂ ਆਪਣਾ ਹਿੱਸਾ ਲੈ ਕੇ ਜਾਊ। ਉਹ ਮੈਨੂੰ ਪਤਾ ਹੈ ਮੇਰੇ ਤਾਏ ਦਾ, ਉਹ ਜੀਤੇ ਦਿਆਲੂ ਹੋ ਜੇ ਸਾਰਾ ਕੁਛ ਹੀ ਲਟਾ ਦਿੰਦਾ ਉਹਨੂੰ। ਅੱਛਾ ਅੱਛਾ, ਮਤਲਬ ਤੇਰੀ ਤਾਂ ਲਾਟਰੀ ਲੱਗ ਗਈ ਫਿਰ। ਅਤੇ ਤੂੰ ਦੱਸ ਬਾਈ, ਮੰਨਤ ਤੇਰੇ ਜਾਲ 'ਚ ਫਸ ਗਈ ਅਤੇ ਆਪਾਂ ਉਹਨੂੰ ਕਦੋਂ ਤੱਕ ਵਰਤਣਾ? ਉਹ ਤੂੰ ਉਹਦੀ ਟੈਨਸ਼ਨ ਨਾ ਲੈ, ਉਹ ਤਾਂ ਸਾਰਾ ਕੁਛ ਸੈੱਟ ਹੈ, ਬਸ ਤੂੰ ਸਾਡਾ ਖਿਆਲ ਰੱਖ ਲਈ, ਕਿਤੇ ਆਪ ਹੀ ਰਾਜਾ ਬਣ ਕੇ ਬਹਿ ਜੇ। ਹਾਂ ਹਾਂ ਉਹ ਤਾਂ ਪਤਾ ਹੈ, ਅਤੇ ਹਜੇ ਵੱਡਾ ਕਾਰਨਾਮਾ ਤਾਂ ਹਜੇ ਕਰਾਉਣਾ ਆਪਾਂ। ਅੱਛਾ, ਹੋਰ ਫਿਰ ਤੈਨੂੰ ਵੀ ਹਿੱਸਾ ਮਿਲਜੂ। ਪਾਲੀ ਤੂੰ ਕਿਵੇਂ ਕੱਲਾ 'ਚ ਬੈਠਾ, ਤੇਰੇ ਦੋਸਤ ਨਹੀਂ ਨਜ਼ਰ ਆਉਂਦੇ? ਉਹ ਕੁਛ ਨਹੀਂ, ਉਹ ਫਿਰਦੇ ਹੋਣਗੇ ਕੁੜੀਆਂ ਪਿੱਛੇ, ਆਪਾਂ ਸਰੀਫ ਬੰਦੇ। ਗੋਰੀ ਤਾਂ ਨਹੀਂ, ਇਹ ਜੋ ਤਾਂ ਸਾਊ ਮੁੰਡਾ ਲੱਗਦਾ ਮੈਨੂੰ। ਉਹ ਤੈਨੂੰ ਪਤਾ ਨਹੀਂ ਉਹਦੇ ਬਾਰੇ, ਬਹੁਤ ਕਮੀਨਾ ਬੰਦਾ, ਉਹ ਪਿਆਰ ਦੇ ਨਾਂ 'ਤੇ ਪੂਰਾ ਵਪਾਰ ਕਰਦਾ ਉਹ। ਤੂੰ ਤਾਂ ਨਹੀਂ ਉਹਦੇ ਨਾਲ ਕਰ ਲਈ? ਉਹ ਨਹੀਂ ਨਹੀਂ, ਮੈਨੂੰ ਤਾਂ ਵਧੀਆ ਹੀ ਨਹੀਂ ਲੱਗਦਾ ਉਹ। ਅੱਛਾ, ਫਿਰ ਮੇਰੇ ਬਾਰੇ ਕੀ ਖਿਆਲ ਆ?
ਖਿਆਲ ਤਾਂ ਬਹੁਤ ਵਧੀਆ ਨੇ। ਅੱਛਾ ਮੀਨਸ ਅੱਜ ਤੇਰੀ ਇੱਕ ਹੈਲਪ ਚਾਹੀਦੀ ਸੀ। ਓ ਹਾਂ ਦੱਸ, ਜਾਂ ਜਾਣ ਦੇ ਮੈਂ ਮੇਰੀ ਜਾਨ ਨੂੰ ਜਾਂ ਕਿਸੇ ਹੋਰ ਦੀ ਜਾਨ ਲੈਣੀ ਹੈ? ਨਹੀਂ ਯਾਰ, ਜਾਨ ਤਾਂ ਨਹੀਂ ਕਿਸੇ ਦੀ ਲੈਣੀ। ਉਹਨਾਂ ਮੇਰੇ ਭਰਾ ਦੀ ਡੈਥ ਹੋ ਗਈ ਸੀ ਅਤੇ ਮੈਨੂੰ ਇਹ ਲੱਗਦਾ ਕਿ ਉਹਦਾ ਕਤਲ ਨਾ ਕਿਸੇ ਦੀ ਸੋਚੀ ਸਮਝੀ ਸਾਜਿਸ਼ ਹੈ। ਪਰ ਜੇ ਤੂੰ ਇਹ ਪਤਾ ਕਰਕੇ ਦੱਸ ਦੇ ਨਾ, ਤਾਂ ਮੈਂ ਤੇਰੇ ਨਾਲ ਵਿਆਹ ਕਰਾ ਲੂੰ। ਫਿਰ ਮੇਰੀ ਸਾਰੀ ਜਾਇਦਾਦ ਵੀ ਤੇਰੀ ਅਤੇ ਮੈਂ ਵੀ ਤੇਰੀ। ਕੀ ਸੋਚਣ ਜੇ ਲੱਗ ਗਿਆ? ਜੇ ਤੂੰ ਨਹੀਂ ਕਰ ਸਕਦਾ ਤਾਂ ਦੱਸ ਦੇ, ਮੈਂ ਗੁਰੀ ਨੂੰ ਪੁੱਛ ਲੂੰਗੀ। ਚੱਲ ਮੈਂ ਜਾਂਦੀ ਹਾਂ ਫਿਰ। ਉਹ ਨਾ ਨਾ, ਇਹ ਸਭ ਨਾ ਪੀਤੀ ਨੇ ਕੀਤਾ ਸੀ। ਜ਼ਮੀਨ ਪਿੱਛੇ ਤੇਰੇ ਭਰਾ ਨੂੰ ਤਾਂ ਹੀ ਮਾਰਿਆ ਸੀ। ਮੈਨੂੰ ਨਾ ਉਹ ਪੀਤੀ 'ਤੇ ਪਹਿਲਾਂ ਹੀ ਸ਼ੱਕ ਸੀਗਾ। ਤੂੰ ਕੀ ਚਾਹੁੰਦਾ ਉਹ ਸਾਰੀ ਜਾਇਦਾਦ ਪੀਤੀ ਦੇ ਨਾ ਹੋ ਜੇ? ਉਹ ਜ਼ਮੀਨ ਤੇਰੇ ਨਾਂ ਵੀ ਹੋ ਸਕਦੀ ਹੈ ਜੇ ਤੂੰ ਮੇਰੀ ਮਦਦ ਕਰੇ ਸਤਿਗੁਰ ਦੇ ਕਤਲ ਦਾ ਬਦਲਾ ਲੈਣ 'ਚ। ਹਾਂ ਮੰਨਤ, ਮੈਂ ਤੇਰੇ ਨਾਲ ਹਾਂ, ਪਰ ਆਪਾਂ ਕਿਸੇ ਨੂੰ ਕੁਝ ਨਹੀਂ ਦੱਸਣਾ ਹੈਗਾ। ਜੋ ਵੀ ਕੰਮ ਕਰਨਾ ਆਪਾਂ ਨੇ ਪਲੈਨ ਦੇ ਹਿਸਾਬ ਨਾਲ ਕਰਾਂਗੇ। ਚੱਲ ਠੀਕ ਹੈ, ਹੁਣ ਮੈਂ ਚੱਲਦੀ ਹਾਂ, ਤੂੰ ਪੀਤੀ 'ਤੇ ਨਜ਼ਰ ਰੱਖੀ। ਠੀਕ ਹੈ, ਓਕੇ। ਡੈਡੀ ਚਾਹ ਤਾਂ ਮੈਂ ਬਣਾ ਦਿੰਦੀ ਹਾਂ, ਪਰ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ। ਡੈਡੀ, ਆਪਣੇ ਸਤਿਗੁਰ ਦਾ ਕਤਲ ਨਾ ਪੀਤੀ ਨੇ ਕੀਤਾ ਹੈਗਾ, ਉਹ ਵੀ ਜਾਇਦਾਦ ਵਾਸਤੇ। ਉਹਨੂੰ ਐਂ ਸੀ ਕਿ ਉਹਦਾ ਡੈਡੀ ਦਾ ਕਤਲ ਤੁਸੀਂ ਕੀਤਾ ਹੈਗਾ, ਇਸ ਕਰਕੇ ਉਹ ਬਸ ਬਦਲਾ ਲੈਣਾ ਚਾਹੁੰਦਾ ਸੀ। ਤਾਂ ਉਹਦੇ ਤਾਇਆ ਜੀ 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 ਕਰਦਾ ਹੈ। ਉਹਨੇ ਸਤਿਗੁਰ ਨੂੰ ਪਹਿਲਾਂ ਧਮਕੀ ਵੀ ਦਿੱਤੀ ਸੀਗੀ। ਪਰ ਡੈਡੀ ਜੀ ਰੁਕ ਜਾਓ, ਤੁਹਾਨੂੰ ਮੇਰੀ ਸੌਂ ਲੱਗੇ, ਤੁਸੀਂ ਕੁਛ ਨਹੀਂ ਕਰਨਾ ਹੈਗਾ। ਨਾ ਹੁਣ ਮੈਂ ਹੱਥ ਆ ਤਰਕੇ ਬਹਿ ਜਾਂ? ਡੈਡੀ, ਆਪਣੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਕਿ ਕਤਲ ਪੀਤੇ ਨਹੀਂ ਕੀਤਾ ਹੈਗਾ। ਆਪਣੇ ਕੋਲ ਕੋਈ ਪੱਕਾ ਪ੍ਰੂਫ ਤਾਂ ਆ ਜਾਣ ਦਿਓ। ਕੰਜਰ ਨੇ 4 ਪੈਸਿਆਂ ਦੀ ਖਾਤਰ, ਜ਼ਮੀਨ ਦੀ ਖਾਤਰ ਉਹ ਮੇਰਾ ਪੁੱਤ ਮਾਰਤਾ, ਹੁਣ ਕੀ ਕਰਾਂਗੇ? ਡੈਡੀ ਜੀ ਤੁਸੀਂ ਸਬਰ ਰੱਖੋ, ਆਪਾਂ ਪਿੱਤੇ ਨੂੰ ਜ਼ਰੂਰ ਮਾਰਾਂਗੇ ਅਤੇ ਉਹਦੇ ਹੀ ਹਥਿਆਰ ਨਾਲ ਮਾਰਾਂਗੇ। ਉਹ ਮੈਥੋਂ ਨਹੀਂ ਹੁਣ ਸਬਰ ਹੁੰਦਾ, ਮੈਨੂੰ ਸੁੱਖ ਦਾ ਸਾਹ ਨਹੀਂ ਆਉਂਦਾ, ਮੈਨੂੰ ਨੀਂਦ ਨਹੀਂ ਆਉਂਦੀ, ਜਿੰਨਾ ਚੱਕਰ ਉਹਨੂੰ ਮੈਂ ਮਾਰਦਾ ਨੀਗਾ। ਡੈਡੀ ਮੇਰੀ ਗੱਲ ਸੁਣੋ, ਮੇਰਾ ਇੱਕ ਦੋਸਤ ਹੈਗਾ ਜਿਸ ਤੋਂ ਮੈਨੂੰ ਇਹ ਖਬਰ ਮਿਲੀ ਹੈ, ਅਤੇ ਉਹ ਵੀ ਉਹਨਾਂ 'ਚ ਹੀ ਸ਼ਾਮਿਲ ਹੋ ਸਕਦੇ ਨੇ, ਸਭ ਪੈਸੇ ਦੇ ਯਾਰ ਨੇ। ਬਸ ਤੁਸੀਂ ਥੋੜ੍ਹਾ ਟਾਈਮ ਰੁਕ ਜਾਓ, ਆਪਾਂ ਸਾਰੀ ਗੱਲਬਾਤ ਪਤਾ ਕਰਕੇ ਨਾ ਫਿਰ ਪੱਕੇ ਪ੍ਰੂਫ ਨਾਲ ਉਹਨਾਂ ਨੂੰ ਮਾਰਾਂਗੇ। ਸਹੀ ਕਿਹਾ ਪੁੱਤ, ਜੋਸ਼ ਤੋਂ ਨਹੀਂ ਹੋਸ਼ ਤੋਂ ਕੰਮ ਲੈਣਾ ਚਾਹੀਦਾ, ਹੁਣ ਆਪਾਂ ਵੀ ਹੋਸ਼ ਤੋਂ ਕੰਮ ਲਵਾਂਗੇ। ਡੈਡੀ ਤੁਸੀਂ ਨਾ ਸਾਰਾ ਕੁਛ ਮੇਰੇ ਸਿਰ 'ਤੇ ਛੱਡ ਦਿਓ, ਮੈਂ ਵੀਰੇ ਦੀ ਮੌਤ ਦਾ ਬਦਲਾ ਆਪੇ ਲਊਂ। ਪੁੱਤ ਤੂੰ ਵੀ ਧਿਆਨ ਨਾਲ ਰਹੀਂ, ਇਹ ਲੋਕ ਬਹੁਤ ਖਤਰਨਾਕ ਨੇ। ਕੋਈ ਨਹੀਂ ਡੈਡੀ, ਹੁਣ ਉਹਨਾਂ ਦਾ ਖਤਰਾ ਉਹਨਾਂ 'ਤੇ ਹੀ ਭਾਰੀ ਪਊਗਾ। ਆ ਲਓ ਡੈਡੀ, ਚਾਹ ਪਹਿਲਾਂ ਹੀ ਬਣਾਈ ਪਈ ਸੀ, ਪੀ ਲਓ। ਮਨਤ, ਹਾਂਜੀ, ਇੱਕ ਕੰਮ ਕਰੀ ਪੁੱਤ, ਜਿਹੜਾ ਤੇਰਾ ਦੋਸਤ ਆ ਨਾ, ਉਹਨੂੰ ਆਪਣੇ ਘਰ ਬੁਲਾ ਕੇ ਹੀ ਮੈਨੂੰ ਮਿਲਾ ਦੇ। ਕੋਈ ਨਹੀਂ ਡੈਡੀ, ਮੈਂ 2-3 ਦਿਨ ਤੱਕ ਨਾ ਉਹਨੂੰ ਤੁਹਾਨੂੰ ਮਿਲਾ ਦੂੰਗੀ। ਇਹਨੂੰ ਕੀ ਹੋ ਗਿਆ ਹੁਣ? ਰੌਲ ਤਾਂ ਨਹੀਂ ਖਤਮ ਹੋਇਆ? ਚੱਲ ਜਾ। ਕੋਈ ਆ ਤਾਂ ਮੰਨਤ ਹੈ। ਉਹ ਕੀ ਹੋ ਗਿਆ ਮੰਨਤ, ਕਿਵੇਂ ਨਾਕੇ ਵਾਲੇ ਮੂੰਹ ਖੜੀ ਹੈ? ਉਹ ਯਾਰ, ਇਹ ਮਰਜ਼ਾ ਨਹੀਂ ਖਰਾਬ ਹੋ ਗਈ। ਅੱਛਾ, ਫਿਰ ਮੈਂ ਛੱਡ ਦੇਣਾ, ਐਡੀ ਕਿੱਡੀ ਗੱਲ ਹੈ? ਤੂੰ ਐਂ ਕਰ, ਇਹਨੂੰ ਸਾਈਡ 'ਤੇ ਲਾ ਜੇ, ਫਿਰ ਲੈ ਜਾਵਾਂਗੇ ਆਪਾਂ ਨੂੰ। ਚੱਲ ਠੀਕ ਆ, ਲੌਕ ਲਾ ਕੇ ਖੜਾ ਦਿਓ, ਸਾਈਡ 'ਤੇ ਲਾ ਦਿਓ ਉੱਧਰ।
ਚੱਲ ਠੀਕ ਆ ਮੈਂ ਚੱਲਦਾ। ਓਹੋ ਅਜਾ ਚਾਹ ਪੀ ਜੀ ਫਿਰ ਕਹਿੰਗਾ ਮੈਂ ਜਾ ਵਾਸਤੇ ਵੀ ਨਹੀਂ ਪੁੱਛਿਆ ਹੈਗਾ। ਓ ਨਹੀਂ ਨਹੀਂ ਮੈਂ ਸੁਣਿਆ ਸਰਪੰਚ ਲੋਡ ਕਰਕੇ ਰੱਖਦਾ ਐਵੇਂ ਪੰਗਾ ਪੈ ਜੂਗਾ। ਨਾਲੇ ਉਹ ਕਾਤਲ ਦਾ ਪਤਾ ਲੱਗਿਆ? ਉਹ ਯਾਰ ਪਤਾ ਤਾਂ ਲੱਗ ਜਾਂਦਾ, ਥੋੜ੍ਹਾ ਜਿਹਾ ਪਤਾ ਵੀ ਲੱਗ ਗਿਆ ਸੀ, ਪਰ ਮੇਰਾ ਨਾ ਕੋਈ ਸਾਥ ਨਹੀਂ ਦਿੰਦਾ ਹੈਗਾ। ਨਾਲੇ ਸੱਚ ਇਹ ਸਭ ਛੱਡ, ਤੂੰ ਨਾ ਆਪਣੇ ਘਰ ਸਾਡੇ ਵਿਆਹ ਦੀ ਗੱਲ ਕਰ ਲਈ, ਫਿਰ ਡੈਡੀ ਨੇ ਸਾਰੀ ਜਾਇਦਾਦ ਵੀ ਆਪਣੇ ਜਵਾਈ ਦੇ ਨਾਲ ਹੀ ਕਰਨੀ ਆ, ਪਰ ਪਰਿਵਾਰ ਵਧੀਆ ਹੋਵੇ ਬਸ। ਉਹ ਫਿਰ ਤਾਂ ਉਹ ਰਾਜਾ ਬਣ ਜੂ ਜਿਹਦੇ ਹਿੱਸੇ ਤੁਸੀਂ ਆ ਗਏ। ਤੂੰ ਬਣ ਜਾ ਰਾਜਾ ਫਿਰ, ਪਰ ਇੱਕ ਗੱਲ ਆ, ਡੈਡੀ ਉਹਨਾਂ ਟਾਈਮ ਕੁਛ ਨਹੀਂ ਕਰਦੇ ਹੈਗੇ ਜਦੋਂ ਤੱਕ ਭਰਾ ਦੇ ਕਤਲ ਦਾ ਕੁਛ ਨਹੀਂ ਪਤਾ ਲੱਗਦਾ। ਜੇ ਪੈਸਿਆਂ ਵਾਸਤੇ ਪੀਤੀ ਸਤਿਗੁਰ ਨੂੰ ਮਾਰ ਸਕਦਾ ਤਾਂ ਕਰੋੜਾਂ ਪਿੱਛੇ ਮੈਂ ਪੀਤੀ ਨੂੰ ਵੀ ਮਾਰ ਸਕਦਾ। ਇੱਥੇ ਆ ਕੇ ਸਭ ਦੀ ਬੋਲਤੀ ਬੰਦ ਹੋ ਜਾਂਦੀ ਆ, ਗੱਲਾਂ ਗੱਲਾਂ 'ਚ ਹੀ ਸਾਰੇ ਪਿਆਰ ਕਰਦੇ ਨੇ ਅਤੇ ਜਾਨ ਵੀ ਗੱਲਾਂ 'ਚ ਹੀ ਦਿੰਦੇ ਨੇ। ਓਏ ਮੰਨਤ, ਮੈਂ ਤੇਰੇ ਪਿੱਛੇ ਜਾਨ ਵੀ ਦੇ ਦੂੰ ਅਤੇ ਜਾਨ ਲੈ ਵੀ ਲਊਂਗਾ। ਪੁੱਤ ਤੇਰਾ ਐਡਾ ਵੱਡਾ ਜ਼ਿਕਰਾ ਨਹੀਂ ਹੈਗਾ, ਜੇ ਤੇਰਾ ਜ਼ਿਕਰਾ ਹੈਗਾ ਨਾ ਤਾਂ ਐਂ ਕਰ, ਮੇਰੇ ਭਰਾ ਦਾ ਕਤਲ ਜਿਹਨੇ ਵੀ ਕੀਤਾ ਨਾ ਉਹਦਾ ਕੰਮ ਤਮਾਮ ਕਰਦੇ। ਉਹ ਤੂੰ ਟੈਨਸ਼ਨ ਨਾ ਲੈ, ਮੈਨੂੰ ਪਤਾ ਤਾਂ ਹੈਗਾ ਹੀ ਆ ਇਹ ਕੰਮ ਪੀਤੀ ਨਹੀਂ ਕਰਿਆ, ਉਸੇ 'ਤੇ ਸ਼ੱਕ ਆ ਮੈਨੂੰ। ਜ਼ਬਾਨ ਸੰਭਾਲ ਕੇ ਬੋਲ ਗੁਰੀ, ਉਹ ਮੇਰਾ ਭਰਾ ਹੈ ਅਤੇ ਭਰਾ ਭਰਾ ਦਾ ਕਤਲ ਕਦੇ ਨਹੀਂ ਕਰਦਾ ਹੁੰਦਾ। ਓਏ ਮੰਨਤ, ਮੈਂ ਮੰਨਦਾ ਵੀ ਭਰਾ ਹੈ ਪਰ ਸ਼ਰੀਕ ਸ਼ਰੀਕ ਹੀ ਹੁੰਦਾ। ਮੈਂ ਆਪ ਸੁਣਿਆ ਪਾਲੀ ਅਤੇ ਪੀਤੀ ਨੂੰ ਗੱਲਾਂ ਕਰਦੇ, ਉਹ ਜ਼ਮੀਨ ਪਿੱਛੇ ਸਤਿਗੁਰ ਦਾ ਕਤਲ ਕਰ ਸਕਦੇ ਨੇ ਅਤੇ ਜ਼ਮੀਨ ਉਹਨਾਂ ਨੂੰ ਬਹੁਤ ਪਿਆਰੀ ਹੈ, ਤੂੰ ਸਮਝ ਉਹਨਾਂ ਨੇ ਕਤਲ ਕਰਿਆ। ਤੇਰਾ ਮਤਲਬ ਪਾਲੀ ਵੀ ਇਸ ਕਤਲ 'ਚ ਸ਼ਾਮਿਲ ਸੀ? ਓਏ ਹਾਂ, ਪਾਲੀ ਵੀ ਵਿੱਚ ਸ਼ਾਮਿਲ ਆ ਯਾਰਾ। ਪੀਤੀ ਅਤੇ ਪਾਲੀ ਨੇ ਪਲੈਨਿੰਗ ਬਣਾਈ ਵੀ ਸਤਿਗੁਰ ਨੂੰ ਮਾਰ ਦਿੰਦੇ ਹਾਂ ਅਤੇ ਪੈਸੇ ਆਪਣੇ ਹੱਥ ਲੱਗ ਜਾਣਗੇ, ਨਾਲੇ ਪੀਤੀ ਨੂੰ ਤਾਂ ਪੂਰਾ ਲਾਲਚ ਹੈ ਵੀ ਸਤਿਗੁਰ ਦੀ ਥਾਂ ਮੈਂ ਲੈ ਲਾਂ। ਗੁਰੀ ਮੇਰਾ ਸਭ ਕੁਛ ਤੇਰਾ ਹੀ ਆ, ਕਿ ਤੂੰ ਮੇਰਾ ਸਾਥ ਦੇਵੇਂਗਾ ਦੋਸ਼ੀਆਂ ਨੂੰ ਸਜ਼ਾ ਦੇਣ 'ਚ? ਉਹ ਮੈਂ ਤਾਂ ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ। ਚੱਲ ਠੀਕ ਹੈ, ਤੂੰ ਫਿਰ ਹੁਣ ਜਾ, ਬਾਕੀ ਗੱਲ ਆਪਾਂ ਫੋਨ 'ਤੇ ਕਰਦੇ। ਚੱਲ ਠੀਕ ਹੈ। ਠੀਕ ਹੈ? ਹਾਂ ਸ਼ੇਰਾ ਠੀਕ ਹੈ, ਤੈਨੂੰ ਪਤੀ ਆ ਜਦੋਂ ਰੀੜ੍ਹ ਦੀ ਹੱਡੀ ਟੁੱਟ ਜੇ ਫਿਰ ਕਾਹਦੇ ਜਿਉਣੇ ਹੁੰਦੇ ਆ। ਉਹ ਤਾਇਆ ਹੋਇਆ ਤਾਂ ਬਹੁਤ ਮਾੜਾ, ਚੱਲ ਤੂੰ ਹੌਂਸਲਾ ਰੱਖ, ਮੈਂ ਵੀ ਤੇਰਾ ਪੁੱਤੀ ਹਾਂ। ਹਾਂ ਪੁੱਤਰਾ, ਤੇਰੇ ਹੁੰਦੇ ਤਾਂ ਹੌਂਸਲਾ ਦੁੱਗਣਾ ਹੋ ਜਾਂਦਾ। ਨਾਲੇ ਐਤਕੀ ਮੈਂ ਸਾਰੀ ਬੀਜ ਬਜਾਈ ਆਪੇ ਕਰੂੰ, ਤੂੰ ਟੈਨਸ਼ਨ ਨਾ ਲਈ ਤਾਇਆ। ਪੀਤੀ ਪੁੱਤ, ਤੂੰ ਇੱਕ ਕੰਮ ਕਰ, ਮੰਨਤ ਲਈ ਕੋਈ ਸੋਹਣਾ ਜਿਹਾ ਮੁੰਡਾ ਲੱਭ ਲਾ ਜਿਹੜਾ ਘਰ ਜਵਾਈ ਬਣ ਕੇ ਰਵੇ, ਨਾਲੇ ਸਾਰਾ ਘਰ ਦਾ ਕੰਮ ਕਾਰ ਸਾਂਭਲੇ, ਕੋਈ ਸਮਝਦਾਰ ਮੁੰਡਾ ਹੋਵੇ। ਹਾਂ ਤਾਇਆ, ਮੇਰੀ ਨਿਗਾਹ 'ਚ ਇੱਕ ਸੋਹਣਾ ਪਰਿਵਾਰ ਆ। ਕੋਈ ਨਾ ਪੁੱਤਰਾ, ਆਪਾਂ ਬੈਠ ਕੇ ਗੱਲ ਕਰਦੇ ਹਾਂ। ਰੱਸੀ ਜਲ ਗਈ ਪਰ ਬਲ ਨਹੀਂ ਗਿਆ, ਜੇ ਸਾਲਾ ਉਹ ਪਰੇ ਕਰਿਆ ਸੀ ਤਾਂ ਘਰ ਜਮਾਈ ਵਾਲਾ ਨਾ ਮਾਣ ਗਿਆ, ਫਿਰ ਮੇਰੀਆਂ ਦਾ ਸਾਰੀਆਂ ਆਸਾਂ 'ਤੇ ਪਾਣੀ ਫਿਰ ਜੂ। ਉਹ ਹਾਂ ਪੀਤੀ, ਕਾਲੀ ਕਾਲੀ 'ਚ ਬਲਾ ਕੀ ਹੋ ਗਿਆ? ਉਹ ਆਪਣੇ ਤਾਂ ਸਾਰਾ ਕੁਝ ਹੱਥੋਂ ਗਿਆ, ਸਤਿਗੁਰ ਦਾ ਕਾਤਲ ਕਰਿਆ ਵੀ ਐਂ ਗਿਆ, ਤਾਇਆ ਘਰ ਜਮਾਈ ਰੱਖਣ ਨੂੰ ਫਿਰਦਾ ਆਪਣੇ ਘਰੇ। ਇਹੀ ਤਾਂ ਮੈਂ ਚਾਹੁੰਦਾ ਪੀਤੀ ਸਿਆ, ਕਿ ਮੈਂ ਹੀ ਬਣ ਜਾ ਰਾਜਾ। ਤੂੰ ਕੀ ਸੋਚਦਾ, ਤੈਨੂੰ ਨਹੀਂ ਉਹ ਘਰ ਜਮਾਈ ਰੱਖਦਾ ਹੈਗਾ, ਅਜੇ ਮੈਂ ਤਾਂ ਕਰਦਾ ਤੇਰਾ ਕੰਮ। ਉਹ ਫਿਰ ਕੀ ਕਰੀਏ ਪੀਤੀ? ਦੇਖ ਗੁਰੀ, ਆਪਾਂ ਤਾਏ ਨੂੰ ਵੀ ਸਤਿਗੁਰ ਲਈ ਪਹੁੰਚਾ ਦਿੰਦੇ ਹਾਂ, ਮੰਨਤ ਨਾਲ ਤੇਰਾ ਵਿਆਹ ਮਾਫੀ ਕਰਾ ਦੂੰ। ਮੈਂ ਤੇ ਮੰਨਤ ਫਿਰ ਤੈਨੂੰ ਮਾਰ ਦਾਂਗੇ, ਫਿਰ ਸਾਰਾ ਕੁਛ ਮੇਰਾ ਹੋਜੂ। ਕੀ ਸੋਚੀ ਜਾਂਦਾ, ਮਾਰਨਾ ਨਹੀਂ ਉਹਨੂੰ? ਉਹ ਮਾਰ ਦਿੰਦੇ ਹਾਂ, ਤੂੰ ਤਿਆਰੀ ਕਰ, ਟੈਨਸ਼ਨ ਨਾ ਲੈ, ਸਾਰਾ ਕੁਛ ਕਰ ਦਾਂਗੇ। ਠੀਕ ਹੈ ਠੀਕ ਹੈ। ਉਹ ਕੋਈ ਨਾ ਪੁੱਤ, ਤੇਰਾ ਵੀ ਕੰਮ ਹੋ ਹੀ ਲੈ ਵਿੱਚ ਹੀ। ਪਾਲੀ ਡੈਡੀ ਨਾ ਤੈਨੂੰ ਮਿਲਣ ਲਈ ਕਹਿੰਦੇ ਸੀ। ਅੱਛਾ ਜੀ, ਚਲੋ ਸਰਕਾਰ ਮਿਲ ਕੇ ਸਾਰਾ ਸਾਹਿਬ ਨੂੰ।
ਚੱਲ ਫਿਰ ਹੁਣੀ ਚੱਲ ਪੈਨੇ ਆ, ਨਾਲੇ ਹੁਣੀ ਚੱਲ ਮੈਂ ਨਾਲ। ਹੁਣੀ ਚਲੀਏ? ਹਾਂ ਚਲੋ ਫਿਰ, ਅੱਜ ਤੁਹਾਡੇ ਘਰੇ ਪੈਰ ਧਰੀ ਦਿੰਦੇ ਆ, ਆ ਜਾਓ। ਦੂਜਾ ਮੁੰਡਾ ਕੌਣ ਹੋਇਆ? ਮੰਨਤਾ ਗੁਰੀ ਹੈ, ਇਹ ਦੋਵੇਂ ਰਲੇ ਹੋਇਆ। ਤੈਨੂੰ ਪਿਆਰ ਵੀ ਗੁਰੀ ਨੇ ਪੀਤੀ ਦੇ ਕਹਿਣ ਤੇ ਕੀਤਾ ਸੀ। ਸਾਰੇ ਮਿਲ ਕੇ ਮੇਰੇ ਨਾਲ ਹੀ ਚਾਲਾਂ ਖੇਡੀ ਜਾਂਦੇ ਨੇ। ਹਾਂ ਪੁੱਤ, ਮੈਂ ਪੀਤੀ ਨੂੰ ਕਿਹਾ ਸੀਗਾ ਵੀ ਘਰ ਜਵਾਈ ਲੱਭ ਲੈ, ਜਿਹੜਾ ਜਾਇਦਾਦ ਸਾਂਭ ਲੈ, ਤਾਂ ਉਹ ਸਾਲਾ ਮੈਨੂੰ ਮਾਰਨ ਆ ਗਿਆ। ਪਾਲੀ ਪਾਣੀ ਨਾ ਹੁਣ ਸਿਰ ਤੋਂ ਉੱਪਰ ਟੱਪ ਗਿਆ। ਗੁਰੀ ਨੂੰ ਤਾਂ ਮੈਂ ਆਪੇ ਰਾਜ਼ੀ ਕਰ ਲਊਂ, ਬਸ ਤੁਸੀਂ ਦੋਵਾਂ ਨੇ ਨਾ ਉਹਨੂੰ ਉਵੇਂ ਹੀ ਮਾਰਨਾ ਜਿਵੇਂ ਉਹਨੇ ਸਤਿਗੁਰ ਨੂੰ ਮਾਰਿਆ ਸੀਗਾ। ਮੈਂ ਇਹ ਸਭ ਨਾ ਆਪਣੀ ਅੱਖਾਂ ਅੱਗੇ ਹੁੰਦਾ ਦੇਖਣਾ। ਪਾਲੀ, ਜੇ ਪੁੱਤ ਤੂੰ ਇਹ ਕੰਮ ਕਰ ਦੇਗਾ ਨਾ, ਉਹਨੂੰ ਮਾਰ ਦੇਗਾ। ਆ ਜਾਇਦਾਦ ਦਾ ਮਾਲਕ ਤੂੰ ਹੋਵੇਗਾ, ਆ ਘਰ ਦਾ ਮਾਲਕ ਤੂੰ ਹੋਵੇਗਾ। ਡੈਡੀ, ਜੇ ਉਹ ਮੈਂ ਦੂਜਾ ਮੁੰਡਾ ਆਪਣੇ ਘਰ ਲੈ ਕੇ ਆਵਾਂ, ਤੁਸੀਂ ਪਛਾਣ ਲਉਂਗੇ? ਨਹੀਂ ਮੰਨਤਾ, ਹੁਣ ਨਹੀਂ ਉਹ ਆਉਂਦਾ। ਆਪਾਂ ਪਹਿਲਾਂ ਪੀਤੀ ਨੂੰ ਮਾਰਦੇ ਹਾਂ, ਗੁਰੀ ਦਾ ਤਾਂ ਆਪਾਂ ਬਾਅਦ 'ਚ ਸੋਚਾਂਗੇ। ਹਾਂ ਪਾਲੀ, ਜੇ ਤੂੰ ਇਹ ਕੰਮ ਕਰ ਦੇਗਾ ਨਾ, ਆ ਸਾਰੇ ਘਰ ਦਾ ਮਾਲਕ ਤੂੰ ਹੋਵੇਗਾ, ਸਾਰੀ ਜਾਇਦਾਦ ਤੇਰੀ ਹੋਵੇਗੀ। ਉਹ ਕਿਵੇਂ ਬਾਹਲੀ ਮੁਲਾਕਾਤਾਂ ਹੋਣ ਲੱਗ ਗਈਆਂ ਹੁਣ? ਸਰਪੰਚ ਨੇ ਮੁੰਡਾ ਲੱਭਿਆ, ਉਹ ਵੀ ਪਾਲੀ ਘਰ ਜਵਾਈ ਵਾਸਤੇ, ਅਤੇ ਪਾਲੀ ਵੀ ਕਹਿੰਦਾ ਮੈਂ ਪੀਤੀ ਨੂੰ ਮਾਰ ਦੂੰਗਾ, ਅਤੇ ਪਾਪਾ ਮੰਨ ਕੇ। ਅੱਛਾ, ਸਾਲਾ ਗਦਾਰ ਨਿਕਲ ਗਿਆ, ਹੁਣ ਮੈਂ ਕੀ ਕਰੂੰ ਫਿਰ? ਮੈਂ ਚਾਹੁੰਦੀ ਹਾਂ ਤੂੰ ਅਤੇ ਪਾਲੀ ਮਿਲ ਕੇ ਨਾ ਦੋਵੇਂ ਪੀਤੀ ਨੂੰ ਮਾਰ ਦਿਉ, ਅਤੇ ਫਿਰ ਪਾਲੀ ਨੂੰ ਤਾਂ ਮੈਂ ਆਪਣੇ ਆਪ ਹੀ ਮਾਰ ਦੂੰ, ਅਤੇ ਫਿਰ ਆਪਣਾ ਵਿਆਹ ਹੋ ਜੂਗਾ। ਫਿਰ ਅੱਜ ਹੀ ਮਾਰ ਦਿੰਦੇ ਸਾਲੇ ਨੂੰ, ਤੂੰ ਘਰ ਪਾਲੀ ਨੂੰ ਫੋਨ। ਚੱਲ ਠੀਕ ਆ। ਪੀਤੀ ਵੀਰੇ, ਤੇਰਾ ਡੈਡੀ ਆਪਣੀ ਵਜ੍ਹਾ ਕਰਕੇ ਮਰਿਆ ਸੀ, ਅਤੇ ਤੂੰ ਬਦਲੇ ਦੀ ਭਾਵਨਾ ਰੱਖ ਕੇ ਸਾਡੇ ਘਰ ਦਾ ਚਿਰਾਗ ਬੁਝਾਉਤਾ, ਉਹ ਵੀ ਸਿਰਫ ਪੈਸੇ ਦੇ ਜ਼ਮੀਨ ਕਰਕੇ। ਪਾਲੀ, ਇਹਦਾ ਬਾਪੂ ਜਾਂ ਤਾਂ ਬਚ ਗਿਆ, ਮੰਗਣਾ ਇਹਨੂੰ ਚਾੜ ਗੱਡੀ ਪਹਿਲਾਂ। ਅੱਜ ਮੈਂ ਨਹੀਂ, ਤੂੰ ਮਰੇਂਗਾ, ਤੂੰ ਦੇਖ ਤਾਂ ਜਾ।
ਗੁਰੀ ਤੂੰ ਵੀ ਨਾ ਲਾਲਚ ਕਰਕੇ ਮੇਰੇ ਨਾਲ ਝੂਠਾ ਪਿਆਰ ਕੀਤਾ। ਤੈਨੂੰ ਸਿਰਫ ਜ਼ਮੀਨ ਨਾਲ ਪਿਆਰ ਸੀ, ਤੂੰ ਵੀ ਬਰੋਬਰ ਦਾ ਹੀ ਦੋਸ਼ੀ ਆ, ਤੂੰ ਨਾਲ ਹੀ ਸੀਗਾ ਉਦੋਂ। ਹੁਣ ਆਪਣੇ ਸਾਰੇ ਰਾਹ ਸਾਫ ਹੋ ਗਏ, ਹੁਣ ਮੈਂ ਰਾਜਾ ਬਣ ਗਿਆ ਰਾਜਾ। ਇੱਥੇ ਖੜਜਾ, ਤੈਨੂੰ ਕੀ ਲੱਗਿਆ ਇੱਕ ਛੋਟੇ ਬੱਚੇ ਨੂੰ ਮਾਰ ਕੇ ਪਾਪ ਕਰਕੇ ਤੂੰ ਬਚ ਜਾਏਗਾ? ਉਹ ਮੰਨਤ, ਮੈਂ ਆਪਦੇ ਯਾਰਾਂ ਨੂੰ ਮਾਰਤਾ ਤੇਰੇ ਪਿੱਛੇ, ਆ ਕੀ ਕਰੀ ਜਾਂਦੇ ਤੂੰ? ਤੂੰ ਮੇਰੇ ਕਰਕੇ ਨਹੀਂ, ਜ਼ਮੀਨ ਤੇ ਪੈਸੇ ਕਰਕੇ ਮਾਰਿਆ ਉਹਨਾਂ ਨੂੰ। ਮੂਸਾ ਭੱਜਿਆ ਮੌਤ ਤੋਂ, ਮੌਤ ਅੱਗੇ ਖੜੀ। ਬਹੁਤ ਜੀ ਲਿਆ ਤੂੰ ਹੁਣ ਆਪਣੀ ਜ਼ਿੰਦਗੀ, ਹੁਣ ਉੱਪਰ ਦੀ ਤਿਆਰੀ ਕਰ ਤੂੰ।